ਔਖਾ ਟਾਈਮ ਹੁੰਦਾ ਜਦ ਤੱਕ ਕੋਈ ਆ ਕੇ ਖੜਦਾ ਨਹੀਂ, ਜਦ ਹੁੰਦਾ ਸੌਖਾ ਟਾਈਮ ਫਿਰ ਬਥੇਰਾ ਬੜਕ ਬੜਕ ਕੇ ਆਉਂਦੇ ਨੇ। ਜਿਹਨੂੰ ਆਪਾਂ ਆਸਟ੍ਰੇਲੀਆ ਸੂਟ ਭੇਜੇ ਸੀ ਹਾਂ, ਉਹਦਾ ਫੋਨ ਆਇਆ ਸੀ ਮੈਨੂੰ। ਮੇਰਾ ਕੱਲਾ ਮੂੰਹ ਮੂੰਹ ਦਿਖਾਇਆ ਨਾ, ਸੂਟ ਤਾਂ ਤੂੰ ਦਿਖਾਇਆ ਨਹੀਂ। ਮਾਲ ਤਾਂ ਸਾਡੇ ਕੋਲ ਹੈਗਾ ਪਰ ਉਹ ਸਾਡੀ ਦੂਜੀ ਦੁਕਾਨ ਤੇ ਆ। ਮੈਮ ਇਹਨਾਂ ਕੋਲ ਤਾਂ ਮਾਲ ਹੀ ਨਹੀਂ ਹੈਗਾ। ਆਓ ਰਾਧਿਕਾ ਮੈਮ, ਇੱਧਰ ਆਓ ਕਾਊਂਟਰ ਤੇ, ਇੱਧਰ ਸਾਹਮਣੇ ਕਾਹਤੇ ਖੜੇ ਹੋ? ਠੀਕ ਹੈ, ਤੂੰ ਪਹਿਲਾਂ ਕਾਊਂਟਰ ਤੋਂ ਬਾਹਰ ਆ, ਫਿਰ ਮੈਂ ਇੱਧਰ ਆਉਂਦੀ ਹਾਂ। ਕੀ ਗੱਲ ਹੋ ਗਈ ਰਾਧਿਕਾ ਮੈਮ, ਕੋਈ ਨਵਾਂ ਮਾਲ ਆਇਆ ਬਾਹਰ, ਉਹ ਦਿਖਾਉਣਾ? ਨਵੇਂ ਮਾਲ ਦੀ ਲੱਗਦੀ ਏ, ਜਿਹੜਾ ਮਾਲ ਮੇਰਾ ਤੁਹਾਡੇ ਕੋਲ ਪਿਆ ਹੁਣ ਸਮਝ ਆਈ ਕਿ ਉਹ ਵਿਕਦਾ ਕਿਉਂ ਨਹੀਂ ਪਿਆ। ਮੈਂ ਵੀ ਕੈਮਰੇ ਚੈੱਕ ਕਰ ਕਰਕੇ ਨਾ ਹੈਰਾਨ ਹੋਈ ਪਈ ਸੀ, ਗਾਹਕ ਆਉਂਦਾ ਜ਼ਰੂਰ ਹੈ, ਤੂੰ ਕੁਛ ਕੁਛ ਬੋਲਦੀ ਆ, ਗੱਲਾਂ ਤਾਂ ਤੂੰ ਬਹੁਤ ਕਰਦੀ ਆ, ਲੈ ਕੇ ਕੁਛ ਜਾਂਦਾ ਨਹੀਂ। ਰਾਧਿਕਾ ਮੈਮ ਉਹ ਤਾਂ ਹੁਣ ਗਾਹਕ ਦੀ ਮਰਜ਼ੀ ਆ ਨਾ, ਕਈ ਗਾਹਕ ਇੱਦਾਂ ਦੇ ਵੀ ਆਉਂਦੇ ਨੇ ਵੀ ਬੋਲਦੇ ਕੁਛ ਵੀ ਨਹੀਂ ਹੈਗੇ ਪਰ ਮਾਲ ਵੀ ਲੈ ਜਾਂਦੇ ਨੇ। ਹਾਂ ਲੈ ਕੇ ਜਾਂਦੇ ਆ, ਪਰ ਹੁਣ ਪਤਾ ਲੱਗਿਆ ਕਿੱਥੋਂ ਲੈ ਕੇ ਜਾਂਦੇ ਆ। ਵਾਹ ਨੀ ਵਾਹ ਤੇਰੇ, ਦੂਜੇ ਤੇ ਕੁੰਡੀਆਂ ਦਾ ਇਲਜ਼ਾਮ ਲਗਾਉਣ ਵਾਲੇ ਅੱਜ ਆਪ ਠੱਗੀਆਂ ਮਾਰਨ ਲੱਗੇ ਹੋਏ ਨੇ। ਸ਼ੱਕ ਤਾਂ ਮੈਨੂੰ ਉਸੇ ਦਿਨ ਹੀ ਹੋ ਗਿਆ ਸੀ ਜਿੱਦਣ ਤੁਸੀਂ ਆਪਣੇ ਘਰੇ 80-20 ਦੀ ਪਾਰਟਨਰਸ਼ਿਪ ਪਾਈ ਸੀ। ਹਰ ਬੰਦਾ ਨਾ ਕਮਾਉਣ ਨੂੰ ਬੈਠਾ, ਸੇਵਾ ਕਰਨ ਨੂੰ ਕੋਈ ਨਹੀਂ ਬੈਠਾ। ਇੱਥੇ ਬਿਨਾਂ ਪ੍ਰੋਫਿਟ ਤੋਂ ਕੋਈ ਕੰਮ ਨਹੀਂ ਕਰਦਾ, ਪ੍ਰੋਫਿਟ ਕਿੱਦਾਂ ਕੱਢਣਾ ਤੁਸੀਂ ਮੀਆਂ ਬੀਬੀ ਪਹਿਲਾਂ ਹੀ ਸੋਚੀ ਬੈਠੇ ਸੀ। ਨਹੀਂ ਨਹੀਂ ਰਾਧਿਕਾ ਮੈਮ, ਇੱਦਾਂ ਦਾ ਕੁਛ ਨਹੀਂ ਜਿਹੋ ਜਿਹਾ ਤੁਸੀਂ ਸੋਚੀ ਜਾਂਦੇ ਹੋ। ਜੋ ਸੋਚਦੀ ਪਈ ਆ ਨਾ ਠੀਕ ਹੀ ਸੋਚਦੀ ਪਈ ਆ। ਚਲੋ ਰਾਜੇ ਤੇਰਾ ਕੰਮ ਹੋ ਗਿਆ, ਬਹੁਤ ਵਧੀਆ ਐਕਟਰ ਆ ਤੂੰ, ਚੱਲ। ਉੱਧਰ ਕੀ ਦੇਖਦੀ ਪਈ ਆ, ਇੱਧਰ ਗੱਲ ਕਰ, ਹੁਣ ਆਪਣੀ ਸਫਾਈ 'ਚ ਕੁਛ ਕਹਿਣਾ ਜਾਂ ਕੁਛ ਹੋਰ ਝੂਠ ਸੋਚਿਆ ਹੋਇਆ? ਹਾਂਜੀ ਕਹਿਣਾ ਵਾ, ਤੁਸੀਂ ਪੂਰੀ ਗੱਲ ਸੁਣੇ ਬਿਨਾਂ ਹੀ ਬੋਲਣਾ ਤਾਂ ਸ਼ੁਰੂ ਕਰ ਦਿੱਤਾ। ਉਹ ਜੇ ਇੱਧਰ ਤੁਹਾਡਾ ਮਾਲ ਆ ਤਾਂ ਉੱਧਰਲੇ ਸ਼ੋਰੂਮ 'ਚ ਵੀ ਤਾਂ ਤੁਹਾਡਾ ਹੀ ਮਾਲ ਆ, ਇੱਧਰ ਇੰਨਾ ਸਟਾਕ ਹੈ ਨਹੀਂ ਸੀ ਜਿੰਨਾ ਉਹਨਾਂ ਨੇ ਮੰਗਿਆ, ਤਾਂ ਕਰਕੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਉੱਥੇ ਚੱਲ ਜਾਓ। ਚੱਲ ਝੂਠੀ, ਜਿਹੜਾ ਸਟਾਕ ਮੰਗਿਆ ਸੀਗਾ ਆ ਪਿਆ ਤਾਂ ਹੈਗਾ, ਅੰਨੀ ਆ ਤੂੰ। ਕਹਿੰਦੀ ਸਟਾਕ ਨਹੀਂ ਹੈਗਾ, ਆ ਜਿੰਨਾ ਮਾਲ ਤੇਰੀ ਉੱਧਰਲੀ ਦੁਕਾਨ ਤੇ ਪਿਆ ਨਾ ਉਦੋਂ ਚੋਗਣਾ ਪਿਆ ਇੱਧਰ। ਉਹ ਮੈਂ ਗਲਤੀ ਕਰ ਲਈ ਤੁਹਾਡੇ ਤੇ ਵਿਸ਼ਵਾਸ ਕਰਕੇ, ਤੁਹਾਡੇ ਕਰਕੇ ਤਾਂ ਮੈਂ ਦੇਵਨਾ ਵੀ ਵਿਗਾੜ ਲਈ। ਰਾਧਿਕਾ ਮੈਡਮ ਆ ਤੁਸੀਂ ਕੀ ਕਹੀ ਜਾਂਦੇ ਹੋ? ਹੋਲੀ ਬੋਲ, ਤੈਨੂੰ ਸੁਣਿਆ ਨੀ ਮੈਂ ਕੀ ਕਿਹਾ? ਆਪਣੀ ਜਨਾਨੀ ਨੂੰ ਪੁੱਛ, ਠੱਗ ਜਹੀ। ਦੋਨੇ ਜਾਣੇ ਮੇਰੇ ਨਾਲ ਮਿਲ ਕੇ ਧੋਖਾ ਕਰਦੇ ਹੋ, ਚਾਸੋ ਵੀ ਸੀ ਕਰਦੇ ਹੋ। ਆ ਤੇਰੀ ਜਨਾਨੀ ਇੱਧਰੋਂ ਸਾਰੇ ਗਾਹਕ ਉੱਧਰ ਭੇਜੀ ਜਾਂਦੇ ਆ ਤੇ ਤੈਨੂੰ ਹਜੇ ਪਤਾ ਨੀ? ਗਗਨ ਐਂ ਕਾਹਤੋਂ ਕਰਦੀ ਆ ਤੂੰ? ਉਹ ਜਦੋਂ ਉੱਧਰ ਗਾਹਕ ਹੈਗਾ ਤੂੰ ਉੱਧਰ ਗਾਹਕ ਕਾਹਤੋਂ ਭੇਜਦੀ ਆ? ਮਾਲ ਪਿਆ ਤੂੰ ਉੱਧਰ ਵੇਚਣ ਦੇ, ਨਾਲੇ ਜਦੋਂ ਦੇ ਰਾਧਿਕਾ ਮੈਡਮ ਜੁੜੇ ਆ ਆਪਣੀ ਤਰੱਕੀ ਤਾਂ ਵੈਸੇ ਹੀ ਹੋ ਰਹੀ ਆ। ਹਾਂ ਜਿੰਨੀ ਤਰੱਕੀ ਹੋਣੀ ਸੀ ਹੋ ਗਈ, ਪਰ ਹੁਣ ਨਹੀਂ ਹੋਣ ਦਿੰਦੀ। ਆਹ ਕੀ ਕਹੀ ਜਾਂਦੇ ਹੋ ਮੈਡਮ? ਮੈਂ ਹੁਣ ਉਹਨੂੰ ਸਮਝਾ ਤਾਂ ਦਿੱਤਾ। ਤੂੰ ਸਮਝਾ ਚਾਹੇ ਨਾ ਸਮਝਾ, ਪਰ ਮੈਂ ਸਮਝ ਗਈ ਨਾ, ਅੱਜ ਤੋਂ ਬਾਅਦ ਤੁਹਾਨੂੰ ਮਾਲ ਦੇਵਾਂ ਨਾ ਦੁਕਾਨ ਤੇ ਵੜਨ ਦੇਵਾਂ। ਚਲੋ ਨਿਕਲੋ ਮੇਰੀ ਦੁਕਾਨ ਤੋਂ, ਚਲੋ ਚਲੇ ਜੀ, ਚਲੋ ਚਲੋ।
ਜਿਹੜੇ ਹਿਸਾਬ ਦੇ ਨਾਲ ਇਹ ਦੁਕਾਨ ਚਲਾਉਣ ਦੀ ਗੱਲ ਕਰਦੀ ਹੈ ਨਾ, ਮੈਨੂੰ ਪੱਕਾ ਪਤਾ ਹੈ ਜ਼ਿਆਦਾ ਦੇਰ ਨਹੀਂ ਚੱਲਦੀ ਕਿ ਪਹਿਲਾਂ ਤੇਰੇ ਕੋਲ ਸੀ, ਫਿਰ ਮੇਰੇ ਕੋਲ ਆਈ ਅਤੇ ਹੁਣ ਫਿਰ ਤੇਰੇ ਕੋਲ ਆ ਗਈ। ਅਤੇ ਤੈਨੂੰ ਇਹ ਪਤਾ ਨਹੀਂ ਕਿ ਤੇਰੇ ਤੋਂ ਬਾਅਦ ਇਹ ਕਿੱਥੇ ਜਾਊਗੀ। ਇੱਕ 2500 ਦਾ ਸਾਈਕਲ ਹੁੰਦਾ ਨਾ, ਉਹਦਾ ਵੀ ਸਟੈਂਡ ਹੁੰਦਾ, ਪਰ ਇਹਦਾ ਕੋਈ ਸਟੈਂਡ ਨਹੀਂ। ਬਹੁਤਾ ਕਮਾਉਣ ਦੇ ਚੱਕਰ ਦੇ ਵਿੱਚ ਥੋੜ੍ਹੇ ਤੋਂ ਵੀ ਨਾ ਚਲੇ ਗਏ। ਭੈਣੇ ਚੈੱਕ ਕਰਿਓ, ਪੇਮੈਂਟ ਆ ਗਈ ਤੁਹਾਨੂੰ? ਹਾਂ ਵੀਰੇ ਆ ਗਈ, ਮੰਨ ਗਏ ਤੁਹਾਡੀ ਜ਼ੁਬਾਨ ਨੂੰ। 1 ਮਹੀਨੇ ਦਾ ਟਾਈਮ ਦਿੱਤਾ ਸੀ ਤੇ ਤੁਸੀਂ ਮਹੀਨੇ ਵਾਲੀ ਪੇਮੈਂਟ 15 ਦਿਨਾਂ 'ਚ ਹੀ ਕਰਤੀ। ਜਦ ਭੈਣੇ ਮਹੀਨੇ ਦਾ ਕੰਮ 15 ਦਿਨਾਂ 'ਚ ਹੀ ਹੋ ਗਿਆ, ਫਿਰ ਪੇਮੈਂਟ ਵੀ ਆ ਗਈ ਸੀ, ਅਸੀਂ ਰੱਖ ਕੇ ਕੀ ਕਰਨੀ ਸੀ? ਮਹੀਨੇ ਬਾਅਦ ਕਿਉਂ ਦਿੰਦੇ? ਅਸੀਂ 15 ਦਿਨਾਂ 'ਚ ਕਲੀਅਰ ਕਰਤੀ। ਬਹੁਤ ਵਧੀਆ ਵੀਰੇ, ਤੁਸੀਂ ਅੱਗੇ ਹੁਕਮ ਕਰੋ ਵੀ ਕੀ ਕਰਨਾ। ਦੱਸੋ ਮਾਲ ਭੇਜਾਂ ਹੋਰ? ਹਾਂ ਭੈਣੇ, ਮਾਲ ਤਾਂ ਚਾਹੀਦਾ ਵਾ, ਪਰ ਇਸ ਵਾਰ 20 ਲੱਖ ਦਾ ਨਹੀਂ, ਘੱਟੋ ਘੱਟ 60 ਲੱਖ ਦਾ ਮਾਲ ਹੈ। 60 ਲੱਖ ਦਾ ਮਾਲ? ਪਰ ਇੰਨਾ ਮਾਲ ਆਪਾਂ ਕਿਵੇਂ ਐਗਜ਼ੀਕਿਊਟ ਕਰ ਸਕਦੇ ਹਾਂ? ਉਹ ਇੰਨਾ ਮਾਲ ਤਾਂ ਮੇਰੀ ਦੁਕਾਨ 'ਚ ਵੀ ਨਹੀਂ ਹੋਣਾ, ਮੈਂ 40 ਕੁ ਲੱਖ ਦਾ ਕਰ ਸਕਦੀ ਹਾਂ। ਕੋਈ ਗੱਲ ਨਹੀਂ ਭੈਣੇ, 40 ਲੱਖ ਦਾ ਕਰ ਦਿਓ, ਆਪਾਂ 20 ਲੱਖ ਦਾ ਮਾਲ ਬਾਹਰੋਂ ਲੈ ਲੈਂਦੇ ਹਾਂ। ਪਰ ਵੀਰੇ ਮੈਂ ਤਾਂ ਤੁਹਾਨੂੰ ਉਧਾਰ ਦੇ ਰਹੀ ਹਾਂ, ਬਾਹਰੋਂ ਆਪਾਂ ਕਿਵੇਂ ਉਧਾਰ ਚੱਕ ਸਕਦੇ ਹਾਂ? ਮੈਨੂੰ ਪਤਾ ਵੀ ਤੁਸੀਂ ਪੈਸੇ ਮੋੜ ਦੇਣੇ ਆ, ਪਰ ਆਪਾਂ ਕਿਸੇ ਬਾਹਰਲੇ ਬੰਦੇ ਨੂੰ ਕਿਵੇਂ ਯਕੀਨ ਦਿਵਾਵਾਂਗੇ? ਭੈਣੇ ਤੁਹਾਨੂੰ ਕਿਹਨੇ ਕਿਹਾ ਕਿ ਆਪਾਂ ਮਾਲ ਉਧਾਰ ਚੱਕਣਾ? ਆਪਾਂ ਸਾਰਾ ਮਾਲ ਪੈਸੇ ਦੇ ਕੇ ਚੱਕਾਂਗੇ, ਕਿਉਂਕਿ ਉਹਦੀ ਪੇਮੈਂਟ ਵੀ ਮੇਰੇ ਕੋਲ ਆ ਚੁੱਕੀ ਹੈ। ਵੀਰੇ ਜੇ ਪੇਮੈਂਟ ਪਹਿਲਾਂ ਆਈ ਹੋਈ ਆ, ਫਿਰ ਤੁਸੀਂ ਸਿੱਧਾ ਮਾਲ ਡਿਸਟ੍ਰੀਬਿਊਟਰ ਕੋਲੋਂ ਚੱਕ ਲਓ, ਜਿਹੜੇ ਤੁਸੀਂ ਮੈਨੂੰ 2 ਪੈਸੇ ਦੇਣੇ ਆ ਉਹ ਵੀ ਤੁਹਾਡੇ ਕੋਲੇ ਰਹਿ ਜਾਣਗੇ। ਭੈਣੇ ਸਾਡੇ ਔਖੇ ਟਾਈਮ ਦੇ ਵਿੱਚ ਤੂੰ ਨਾਲ ਖੜੀ ਆ, ਤੇ ਤੈਨੂੰ ਪਿੱਛੇ ਛੱਡ ਕੇ ਅਸੀਂ ਅੱਗੇ ਨੂੰ ਕਿਵੇਂ ਨਿਕਲ ਜਾਈਏ? ਮੇਰੀ ਸੋਚ ਇਹ ਆ ਕਿ ਪਤਾ ਨਹੀਂ ਕਿਹਨੂੰ ਦਿੱਤੇ ਹੋਏ ਪੈਸੇ ਸਾਡੇ ਫਲ ਗਏ। ਅਸੀਂ ਤੇਰੇ ਨਾਲ ਕੰਮ ਸ਼ੁਰੂ ਕੀਤਾ ਭੈਣੇ, ਤੂੰ ਸਾਡਾ ਸਾਥ ਦਿੱਤਾ, ਉਹ ਤੋਂ ਬਾਅਦ ਆਰਡਰ ਤੇ ਆਰਡਰ ਆ ਰਹੇ ਆ, ਆਹ ਵੱਡਾ ਆਰਡਰ ਵੀ ਆਇਆ। ਅਸੀਂ 2 ਪੈਸੇ ਬਚਾ ਕੇ ਕੋਈ ਐਡਾ ਵੱਡਾ ਤੀਰ ਨਹੀਂ ਮਾਰ ਲਾਂਗੇ, ਪਰ ਹਾਂ 2 ਪੈਸੇ ਤੈਨੂੰ ਦੇ ਕੇ ਅਸੀਂ ਵਿਸ਼ਵਾਸ ਜ਼ਰੂਰ ਪੱਕਾ ਕਰ ਲਾਂਗੇ। ਜਿਹੜੇ ਬੰਦੇ ਨਾਲ ਜੁੜੇ ਹੋਏ ਨੇ ਨਾ, ਉਹ ਜੁੜੇ ਹੋਏ ਨੇ। ਨਾਲੇ ਮੈਂ ਤੈਨੂੰ ਭੈਣ ਕਹਿੰਦਾ, ਮੇਰੇ ਘਰ ਹੀ ਜਾ ਰਹੇ ਨੇ ਪੈਸੇ। ਵਾਹ ਵੀਰੇ ਮੈਂ ਹੈਰਾਨ ਹਾਂ, ਪੈਸੇ ਤਾਂ ਹਰ ਕੋਈ ਕਮਾ ਲੈਂਦਾ, ਪਰ ਬੰਦਾ ਕੋਈ ਵੀ ਕਮਾ ਸਕਦਾ, ਤੇ ਤੁਹਾਨੂੰ ਤਾਂ ਬੰਦੇ ਕਮਾਉਣੇ ਆਉਂਦੇ ਆ, ਉਹ ਮੈਂ ਤੁਹਾਡੇ ਨਾਲ ਹਾਂ। ਠੀਕ ਹੈ ਭੈਣੇ, ਅਸੀਂ ਤੁਹਾਨੂੰ ਪੈਸੇ ਟ੍ਰਾਂਸਫਰ ਕਰਦੇ ਹਾਂ, ਆਪਾਂ ਨੂੰ 2000 ਤੋਂ ਉੱਤੇ ਸੂਟ ਚਾਹੀਦੇ ਆ, ਅਤੇ ਉਹ ਸਾਰਾ ਹੁਣ ਤੁਸੀਂ ਐਗਜ਼ੀਕਿਊਟ ਕਰਨਾ। ਵੀਰੇ ਤੁਸੀਂ ਸਾਰੇ ਪੈਸੇ ਮੈਨੂੰ ਟ੍ਰਾਂਸਫਰ ਕਰ ਰਹੇ ਹੋ? ਹਾਂ। ਇੰਨਾ ਵਿਸ਼ਵਾਸ ਆ ਮੇਰੇ 'ਤੇ? ਭੈਣੇ ਇੰਨਾ ਵਿਸ਼ਵਾਸ ਤੇਰੇ 'ਤੇ ਤਾਂ ਆ ਕਿਉਂਕਿ ਤੁਸੀਂ ਵੀ ਸਾਡੇ 'ਤੇ ਵਿਸ਼ਵਾਸ ਕੀਤਾ। ਕੰਮ ਦੀ ਗੱਡੀ ਤਾਂ ਵਿਸ਼ਵਾਸ ਨਾਲ ਹੀ ਚੱਲਦੀ ਹੁੰਦੀ ਆ। ਮੈਂ ਪੈਸੇ ਪਾ ਰਿਹਾ ਭੈਣੇ, ਚੈੱਕ ਕਰੋ। ਆ ਗਏ ਵੀਰੇ, ਸ਼ਾਮ ਤੱਕ ਸਾਰਾ ਮਾਲ ਤੁਹਾਡੇ ਕੋਲ ਪਹੁੰਚ ਜੂ। ਲਿਆ ਕੇ ਬਿਠਾ ਤਾ ਮੈਨੂੰ ਇੱਥੇ, ਇਹ ਬੰਦੇ ਨੂੰ ਕੰਮ ਕਰਦਾ ਤਾਂ ਹੈ ਹੀ ਨਹੀਂ ਕਿ ਮੈਂ ਟਾਈਮ ਸਿਰ ਦੁਕਾਨ 'ਤੇ ਚੱਲ ਜਾਂ।
ਕੰਮ ਅੱਗੇ ਨਹੀਂ ਚੱਲਦਾ ਤੇ ਮੈਨੂੰ ਕਹਿੰਦਾ ਆਉਣਾ ਕਿਸੇ ਨੇ, ਆਉਣਾ ਕਿਸੇ ਨੇ, ਆਉਣਾ ਹੋਣਾ ਇਹਦੇ ਵਾਂਗੂ ਕਿਸੇ ਨੇ ਮੂਤ ਪੀਣ, ਹੋਰ ਤੈਨੂੰ ਕੋਈ ਕੰਮ ਨਹੀਂ ਹੈਗਾ। ਮੈਂ ਕੀ ਕਰਾਂ, ਮੈਂ ਦੁਖੀ ਆ ਗਈ ਇਸ ਬੰਦੇ ਤੋਂ। ਚਾ ਕੀ ਚਾਤ, ਹੁਣ ਦੱਸੋਗੇ ਕਿ ਕੌਣ ਆ ਰਿਹਾ? ਉਹ ਦੱਸ ਦੇਣਾ ਤੈਨੂੰ ਕੌਣ ਆ ਰਿਹਾ, ਪਹਿਲਾਂ ਮੈਨੂੰ ਇਹ ਦੱਸ ਚਾਹ ਧਰੀ ਆ ਨਾ? ਹਾਂਜੀ ਧਰੀ ਆ। ਸਮੋਸੇ ਲਿਆਂਦੇ ਆ ਨਾ, ਕਾਜੂ ਬਦਾਮ ਪਿਸਤਾ ਸਭ ਰੈਡੀ ਆ ਨਾ? ਹਾਂਜੀ ਸਭ ਤਿਆਰ ਆ। ਹੁਣ ਮੈਨੂੰ ਦੱਸੋਗੇ ਕਿਹੜਾ ਡੀਸੀ ਆ ਰਿਹਾ ਜਿਹਦੀ ਮਹਿਮਾਨਬਾਜ਼ੀ 'ਚ ਇੰਨਾ ਕੁਛ ਮੰਗਾ ਰਹੇ ਹੋ? ਉਹ ਦੱਸਦਾ ਤੈਨੂੰ, ਪਹਿਲਾਂ ਇੱਧਰ ਨੂੰ ਮਾੜਾ ਜਾ। ਇਹ ਦੱਸਣ ਵਾਸਤੇ ਨਾ ਇੱਕ ਕਹਾਣੀ ਦੱਸਣੀ ਪੈਣੀ ਹੈ ਤੈਨੂੰ। ਇੱਕ ਨਾ ਦੋ ਭਰਾ ਹੁੰਦੇ ਆ ਅਤੇ ਉਹਨਾਂ ਦਾ ਇੱਕ ਜੀਜਾ ਹੁੰਦਾ। ਉਹ ਜਿਹੜੇ ਦੋ ਭਰਾ ਹੁੰਦੇ ਆ ਨਾ ਉਹ ਕੰਮ ਕਰਦੇ ਆ ਤਗੜਾ ਇਕੱਠਾ, ਅਤੇ ਜਦੋਂ ਉਹ ਕੰਮ ਕਰਦੇ ਆ ਨਾ ਅਤੇ ਉਹਨਾਂ ਦਾ ਜੀਜਾ ਉਹਨਾਂ ਨੂੰ ਤੋੜ ਦਿੰਦਾ। ਫਿਰ ਪਤਾ ਕੀ ਹੁੰਦਾ, ਫਿਰ ਇੱਕ ਭਰਾ ਡਿੱਗ ਪੈਂਦਾ, ਇੱਕ ਖੜਾ ਹੋ ਜਾਂਦਾ। ਇੱਕ ਡਿੱਗ ਪੈਂਦਾ, ਇੱਕ ਖੜਾ ਹੋ ਜਾਂਦਾ। ਫਿਰ ਪਤਾ ਕੀ ਹੁੰਦਾ, ਉਹਨਾਂ ਕੋਲ ਇੱਕ ਔਰਤ ਆਉਂਦੀ ਆ, ਉਹ ਜਿਹੜੀ ਡਿੱਗੇ ਭਰਾ ਨੂੰ ਤਾਂ ਚੱਕ ਦਿੰਦੀ ਆ ਅਤੇ ਦੂਜਾ ਭਰਾ ਦੇਖਦਾ ਵਾ। ਫਿਰ ਉਹ ਕਹਿੰਦੀ ਉਹ ਦੂਜੇ ਭਰਾ ਨੂੰ ਨਾਲ ਲੈ ਕੇ ਉਹਨੂੰ ਵੀ ਖੜਾ ਕਰ ਦਿੰਦੀ ਆ ਅਤੇ ਛੋਟੇ ਭਰਾ ਨੂੰ ਲੱਤ ਮਾਰ ਦਿੰਦੀ ਆ। ਹੁਣ ਦੋਨਾਂ 'ਚੋਂ ਬਚਿਆ ਕੌਣ? ਉਹ ਜਿਹੜਾ ਡਿੱਗਿਆ ਵਿਆ ਉਹ ਉੱਪਰ ਜਾਣਾ ਚਾਹੁੰਦਾ। ਕੀ ਕਹਾਣੀਆਂ ਜੀ ਪਾਈ ਜਾਂਦੇ ਹੋ, ਮੈਨੂੰ ਤਾਂ ਕੁਛ ਨਹੀਂ ਸਮਝ ਲੱਗਦੀ, ਮੇਰੇ ਤਾਂ ਸਿਰ ਦੇ ਉੱਪਰੋਂ ਵੀ ਲੰਘੀ ਜਾਂਦੀਆਂ। ਗੱਲ ਕੀ ਆ ਵਿੱਚੋਂ ਉਹ ਦੱਸੋ। ਉਹ ਗੱਲ ਇਹ ਆ, ਦੇਵ ਨੂੰ ਚੱਕਣ ਵਾਲੀ ਕੌਣ? ਰਾਧਿਕਾ। ਸਿੱਟਣ ਵਾਲੀ ਵੀ ਰਾਧਿਕਾ, ਅਤੇ ਹੁਣ ਅਮਰ ਨੂੰ ਚੱਕਣ ਵਾਲੀ ਕੌਣ? ਰਾਧਿਕਾ, ਅਤੇ ਸਿੱਟਣ ਵਾਲੀ ਵੀ ਉਹੀ। ਉਹ ਹੁਣ ਰਾਧਿਕਾ ਮੈਡਮ ਆਪਾਂ ਨੂੰ ਚੱਕੂਗੀ ਅਤੇ ਆਪਾਂ ਡਿੱਗਣਾ ਕੋਈ ਨਹੀਂ। ਤੁਹਾਡਾ ਕਹਿਣ ਦਾ ਮਤਲਬ ਹੁਣ ਰਾਧਿਕਾ ਮੈਡਮ ਆਪਣੇ ਘਰ ਆ ਰਹੇ ਨੇ? ਹਾਂ ਰਾਧਿਕਾ ਮੈਡਮ ਆ ਰਹੇ ਨੇ। ਹਾਂਜੀ ਮੈਡਮ ਆ ਗਏ, ਆ ਜਾਓ ਆ ਜਾਓ। ਨਹੀਂ ਜੀ ਉਹ ਸਾਡੀ ਕੀ ਮਜਾਲ, ਅਸੀਂ ਤੁਹਾਨੂੰ ਕੁਛ ਕਹਿ ਸਕੀਏ? ਉਹ ਤਾਂ ਜੀ ਸਾਨੂੰ ਪਤਾ ਲੱਗਿਆ ਸੀ ਕਿ ਅਮਰ ਨੇ ਨਾ ਤੁਹਾਡੇ ਨਾਲ ਧੋਖਾ ਕੀਤਾ। ਉਹ ਤਾਂ ਹੈ ਜੀ ਦਿਲ ਦਾ ਕਾਲਾ, ਤਾਂ ਸਾਰਿਆਂ ਨਾਲ ਹੀ ਧੋਖਾ ਕਰਦਾ ਫਿਰਦਾ। ਬਸ ਅਸੀਂ ਤਾਂ ਇਹ ਕਹਿਣਾ ਸੀਗਾ, ਸਾਨੂੰ ਆਪਣੇ ਨੌਕਰ ਰੱਖ ਲੈਂਦੇ ਜੀ ਤੁਸੀਂ ਤੁਹਾਡੀ ਦੁਕਾਨ 'ਤੇ ਕੰਮ ਕਰਨ ਵਾਸਤੇ? ਫਿਰ ਦੇਖਿਓ ਤੁਹਾਡੀ ਦੁਕਾਨ ਦਿਨੋ ਦਿਨ ਕਿਵੇਂ ਚੱਲਦੀ। ਦੁਕਾਨ ਤਾਂ ਮੇਰੀ ਤੁਹਾਡੇ ਟੱਬਰ ਤੋਂ ਬਗੈਰ ਵੀ ਚੱਲ ਸਕਦੀ ਆ। ਤੁਹਾਨੂੰ ਕੀ ਲੱਗਦਾ ਕਿ ਮੇਰੀ ਦੁਕਾਨ ਤੁਹਾਡੇ ਬਿਨਾਂ ਚੱਲ ਨਹੀਂ ਸਕਦੀ? ਬਹੁਤ ਬੰਦੇ ਨੇ ਮੇਰੇ ਕੋਲ। ਉਹ ਬੰਦੇ ਤਾਂ ਤੁਹਾਡੇ ਕੋਲ ਬਹੁਤ ਆ ਜੀ, ਪਰ ਇਮਾਨਦਾਰ ਕੋਈ ਕੋਈ ਹੁੰਦਾ ਜੀ। ਮੈਂ ਨਾ ਇਕੱਲਾ ਇਕੱਲਾ ਸੂਟ ਵੇਚ ਕੇ ਲਿਖਿਆ ਕਰੂੰਗਾ ਅਤੇ ਤੁਹਾਨੂੰ ਇਕੱਲੇ ਇਕੱਲੇ ਸੂਟ ਦਾ ਹਿਸਾਬ ਦਿਆ ਕਰੂੰਗਾ। ਦੇਖੋ ਜੀ ਪੰਜੇ ਉਂਗਲਾਂ ਕਦੇ ਬਰਾਬਰ ਨਹੀਂ ਹੁੰਦੀਆਂ। ਅਮਰ ਵੀ ਉੱਦਾਂ ਦਾ, ਦੇਵ ਵੀ ਉੱਦਾਂ ਦਾ ਹੀ ਆ, ਪਰ ਮੈਂ ਉੱਦਾਂ ਦਾ ਨਹੀਂ ਹੈਗਾ ਜੀ, ਮੈਂ ਉਹਨਾਂ ਤੋਂ ਵੱਖਰਾ ਹੀ ਹਾਂ।
ਅਮਰ ਦੀ ਗੱਲ ਤਾਂ ਮੈਂ ਮੰਨ ਸਕਦੀ ਹਾਂ, ਪਰ ਦੇਵ ਦਾ ਨਾਂ ਮੇਰੇ ਮੂਹਰੇ ਨਾ ਲੈ। ਉਹ ਕਿੱਦਾਂ ਦਾ ਕਿੱਦਾਂ ਨਹੀਂ ਮੈਂ ਸਭ ਜਾਣਦੀ ਹਾਂ। ਇਹ ਤਾਂ ਮੇਰੇ ਤੋਂ ਗਲਤੀ ਹੋ ਗਈ ਜਿਹੜਾ ਮੈਂ ਹੀਰਾ ਬੰਦਾ ਪਛਾਣ ਨਾ ਸਕੀ। ਲਾਲਚ ਦੇ ਚੱਕਰ ਵਿੱਚ ਆਪਣਾ ਹੀ ਪੱਠਾ ਬਿਠਾ ਕੇ ਬਹਿ ਗਈ। ਮੰਨਿਆ ਜੀ, ਦੇਵ ਇਮਾਨਦਾਰ ਹੈਗਾ, ਪਰ ਜਿਹੜੀ ਤੁਸੀਂ ਪੱਠਾ ਬੈਠਣ ਵਾਲੀ ਗੱਲ ਕੀਤੀ ਹੈ ਨਾ, ਅਸੀਂ ਬੈਠਣ ਨਹੀਂ ਦੇਣਾ, ਅੱਜ ਤਾਂ ਚੱਕ ਦੇਣਾ। ਇੱਕ ਕਹਾਵਤ ਤਾਂ ਸੁਣੀ ਹੋਣੀ, ਕਹਿੰਦੇ ਦੁੱਧ ਦਾ ਸੜਿਆ ਨਾ ਲੱਸੀ ਨੂੰ ਵੀ ਫੂਕਾ ਮਾਰ ਮਾਰ ਕੇ ਪੀਂਦਾ। ਵੈਸੇ ਵਿਸ਼ਵਾਸ ਕਰਨ ਤਾਂ ਤੁਹਾਡੇ 'ਤੇ ਦਿਲ ਤਾਂ ਨਹੀਂ ਕਰਦਾ, ਪਰ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ। ਉਹ ਅਸੀਂ ਤੁਹਾਨੂੰ ਸਮਝਾਈ ਤਾਂ ਜਾਂਦੇ ਹਾਂ, ਜੇ ਤੁਹਾਨੂੰ ਸਾਡੇ 'ਚ ਮਾੜਾ ਜਿੰਨਾ ਵੀ ਵਿੰਗ ਵੱਲ ਨਜ਼ਰ ਆਇਆ ਨਾ, ਜਿਵੇਂ ਦੁੱਧ 'ਚੋਂ ਮੱਖੀ ਬਾਹਰ ਕੱਢੀ ਨਾ, ਉਵੇਂ ਕੱਢ ਕੇ ਬਾਹਰ ਮਾਰਿਓ। ਠੀਕ ਹੈ, ਦੇ ਦਿੰਦੀ ਇੱਕ ਮੌਕਾ ਤੁਹਾਨੂੰ ਵੀ, ਦੇਖ ਲੈਂਦੀ ਹਾਂ ਕਿੰਨੇ ਕੁ ਪਾਣੀ 'ਚੋਂ ਸੰਭੋ ਦੁਕਾਨ ਮੇਰੀ। ਛੱਡੋ ਵੀ ਯਾਰ, ਹੁਣ ਜਿਹੜਾ ਕੁਛ ਹੋਣਾ ਸੀ ਹੋ ਗਿਆ, ਜ਼ਿਆਦਾ ਸੋਚੋ ਨਾ, ਆਹ ਮੈਗੀ ਖਾਓ ਫਿਰ ਆਪਾਂ ਦੁਕਾਨ 'ਤੇ ਵੀ ਜਾਣਾ। ਨਹੀਂ ਗਗਨ, ਮੈਂ ਮੈਗੀ ਨਹੀਂ ਖਾਣੀ, ਮੇਰਾ ਮੂਡ ਖਰਾਬ ਆ। ਅਮਰ, ਆਪਾਂ ਨੂੰ ਤਾਂ ਇਹ ਸੀ ਵੀ ਉਹ ਆਪਣੀ ਦੁਕਾਨ ਬੰਦ ਕਰ ਦੂਗੀ, ਇਹ ਥੋੜ੍ਹੀ ਪਤਾ ਸੀਗਾ ਵੀ ਆਪਣੇ ਵਾਲੀ ਦੁਕਾਨ ਤੋਂ ਵੀ ਮਾਲ ਚੱਕਣ ਨੂੰ ਕਹਿ ਦੂਗੀ। ਵੈਸੇ ਤਾਂ ਮੈਂ ਅੱਜ ਕੜੀ ਚੌਲ ਬਣਾਉਣੇ ਸੀਗੇ, ਪਰ ਫਿਰ ਮੈਨੂੰ ਮੈਗੀ ਬਣਾਉਣੀ ਪਈ। ਮੂਡ ਤਾਂ ਮੇਰਾ ਵੀ ਖਰਾਬ ਆ, ਪਰ ਹੁਣ ਆਪਾਂ ਖਾਣਾ ਥੋੜ੍ਹੀ ਛੱਡ ਦਾਂਗੇ। ਪਰ ਗਗਨ, ਜਿਹੜਾ ਕੁਛ ਹੋਇਆ ਨਾ ਵਧੀਆ ਹੀ ਹੋਇਆ, ਉਹੀ ਆਰਡਰ ਮਾਰਦੇ ਸੀ ਆਪਣੇ 'ਤੇ, ਹੁਣ ਸਾਰਾ ਧਿਆਨ ਆਪਾਂ ਆਪਣੇ ਸ਼ੋਰੂਮ 'ਤੇ ਤਾਂ ਦੇਵਾਂਗੇ। ਹਾਂਜੀ, ਬਸ ਹੁਣ ਤੁਸੀਂ ਆਹੀ ਪੋਜ਼ਿਟਿਵ ਵਾਈਬਸ ਰੱਖੋ, ਆਪਾਂ ਸਾਰਾ ਧਿਆਨ ਆਪਣੇ ਕੰਮ 'ਤੇ ਦਈਏ। ਉਹ ਵੈਸੇ ਵੀ ਤਾਂ ਆਪਾਂ ਸਾਰੇ ਪੈਸੇ ਉਹਦੇ ਦੇ 'ਤੇ, ਹੁਣ ਤਾਂ ਆਪਾਂ ਨੂੰ ਡਿਫਾਲਟਰ ਵੀ ਨਹੀਂ ਕਹਿ ਸਕਦੀ। ਕਹਿ ਕੇ ਤਾਂ ਦਿਖਾਵੇ, ਮੈਂ ਮਾਣਹਾਨੀ ਦਾ ਕੇਸ ਨਾ ਠੋਕ ਦੂੰ। ਉਹ ਮੈਨੂੰ ਤਾਂ ਉਹੀ ਲੰਡੂ ਪੰਜੂ ਸਮਝਦੀ ਆ ਜਿਵੇਂ ਉਹਦਾ ਨੌਕਰ ਹੁੰਦਾ। ਉਹ ਦਫਾ ਕਰੋ ਤੁਸੀਂ ਉਹਨੂੰ, ਛੱਡੋ ਪਰੇ, ਲਓ ਤੁਸੀਂ ਮੈਗੀ ਖਾਓ। ਇੱਕ 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 ਫੋਨ ਆਇਆ, ਇਹਦਾ ਫੋਨ ਕਿੱਧਰੋਂ ਆ ਗਿਆ? ਉਹ ਭਰਾਵਾ ਇੱਕ ਮਿੰਟ 'ਚ ਆ ਗਿਆ, ਦੁਕਾਨ 'ਤੇ ਹੀ ਆ ਰਿਹਾ ਮੈਂ। ਉਹ ਭਾਜੀ ਕਿੱਥੇ ਹੋ, ਜਲਦੀ ਦੁਕਾਨ 'ਤੇ ਆਓ, ਇੱਥੇ ਬਹੁਤ ਵੱਡਾ ਪੰਗਾ ਖੜਾ ਹੋ ਗਿਆ। ਕੀ ਹੋਇਆ, ਕਿਹੜਾ ਪੰਗਾ ਖੜਾ ਹੋ ਗਿਆ? ਭਾਜੀ ਕੋਈ ਬੰਦੇ ਆਏ ਹੋਏ ਨੇ ਦੁਕਾਨ 'ਤੇ, ਉਹ ਕਹਿੰਦੇ ਦੁਕਾਨ ਨੂੰ ਬੰਦ ਕਰੋ ਅਤੇ ਮਾਲਕ ਨੂੰ ਬੁਲਾਓ। ਉਹ ਇੱਦਾਂ ਕਿੱਦਾਂ ਦੁਕਾਨ ਬੰਦ ਕਰ ਦੇਣਗੇ ਮੇਰੀ? ਤੂੰ ਮੇਰੀ ਗੱਲ ਕਰਾ ਉਹਦੇ ਨਾਲ। ਹਾਂਜੀ ਹਾਂਜੀ, ਮੈਂ ਕਰਾਉਣਾ। ਹਾਂਜੀ ਸਰ, ਬਾਤ ਕੀਤੀ। ਹੈਲੋ, ਕਹਾਂ ਹੋ? ਜਲਦੀ ਆਓ ਦੁਕਾਨ 'ਤੇ, ਹਿਸਾਬ ਕਰਨਾ ਹੈ। ਕਿਹੜਾ ਹਿਸਾਬ ਕਰਨਾ? ਉਹ ਕੌਣ ਆ ਤੂੰ? ਨਾਲੇ ਤੂੰ ਹੁੰਦਾ ਕੌਣ ਆ ਮੇਰੀ ਦੁਕਾਨ ਬੰਦ ਕਰਾਉਣ ਵਾਲਾ? ਦੁਕਾਨ 'ਤੇ ਤਾਂ ਆਓ, ਬਤਾ ਦੇਤਾ ਹੂੰ ਮੈਂ ਕੌਣ ਹੂੰ ਔਰ ਕਹਾਂ ਸੇ ਆਇਆ ਹੂੰ। ਉਹ ਤੇਰੀ ਖੜਦਾ ਵੱਡੇ ਬਦਮਾਸ਼ ਦੀ, ਉਹ ਤਾਂ ਨਹੀਂ ਆਉਂਦਾ ਜੀ, ਤੂੰ ਮੈਨੂੰ ਇਹ ਦੱਸ ਕਿ ਤੂੰ ਹੈ ਕੌਣ? JMD ਦਾ ਨਾਮ ਸੁਣਾ ਹੈ? JMD ਦਾ MD ਬੋਲ ਰਹਾ ਹੂੰ, ਆ ਜਾਓ ਜਲਦੀ ਦੁਕਾਨ 'ਤੇ।